हाँ जी, अज दा मेरा टॉपिक है कि रोमानिया दे विच MBBS करन दा की बेनिफिट है, रोमानिया दे विच आपां नूं क्यों जाना चाहिदा है, किहड़े कैंडिडेट रोमानिया दे विच जा रहे ने, जां रोमानिया दे विच जिहड़ी फीस स्ट्रक्चर आउंदी है उह किन्नी आउंदी है। सब तो पहलां तां मैं तुहानूं इह गल कहूंगा कि सारे कैंडिडेट नूं जां सारिआं नूं सब तो बड़ा डर यह होंगे कि असी रोमानिया क्यों जाइए, क्योंकि रोमानिया शैनिंगन का पार्ट नहीं है। मैं ये गल्लां सारियां तुहानूं क्लीयर करूंगा इस वीडियो दे विच। हुण आपां गल करन जा रहे हैं MBBS दी। जिहड़ी MBBS हुंदी है देखो ओह 5 सालां दी हुंदी है, 6 सालां दी MBBS हुंदी है, उसदे विच 1 साल दी इंटर्नशिप हुंदी है, ਜਿਵੇਂ ਕਿ 5 ਸਾਲਾਂ ਦੇ ਮਤਲਬ ਕਿ ਟੋਟਲ 6 ਈਅਰ ਦੀ ਹੁੰਦੀ ਹੈ MBBS। ਹੁਣ ਜੇ ਆਪਾਂ ਗੱਲ ਕਰਾਂਗੇ ਲਾਤਵੀਆ ਦੇ ਬਾਰੇ, ਲਾਤਵੀਆ ਦੇ ਵਿੱਚ ਤੁਸੀਂ ਆਪਣੇ ਆਪ, ਮੈਂ ਪ੍ਰੈਕਟੀਕਲੀ ਜ਼ਰੂਰ ਤੁਹਾਨੂੰ ਕਰਾਊਂਗਾ, ਕਿਉਂਕਿ ਚਾਹੇ ਤੁਸੀਂ ਰੋਮਾਨੀਆ ਜਾਣਾ ਹੈ, ਚਾਹੇ ਤੁਸੀਂ ਲਾਤਵੀਆ ਜਾਣਾ ਹੈ, ਚਾਹੇ ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ MBBS ਕਰਨੀ ਹੈ, ਪਰ ਮੈਂ ਤੁਹਾਨੂੰ ਇਹ ਚੀਜ਼ ਆਪਣੇ ਆਪ ਤੁਹਾਨੂੰ ਪ੍ਰੈਕਟੀਕਲ ਜ਼ਰੂਰ ਕਰਾਊਂਗਾ ਕਿ ਜਿਸ ਦੇ ਬਾਰੇ ਤੁਹਾਨੂੰ ਵੀ ਆਪ ਇਸ ਚੀਜ਼ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ। ਹੁਣ ਤੁਸੀਂ ਸਭ ਤੋਂ ਪਹਿਲਾਂ ਸਰਚ ਮਾਰੋ ਕਿ ਹਾਊ ਮੈਨੀ ਯੂਨੀਵਰਸਿਟੀ ਇਨ ਲਾਤਵੀਆ ਫੋਰ MBBS। ਉਹਦੇ ਵਿੱਚ ਸਿਰਫ 2 ਜਾਂ 3 ਯੂਨੀਵਰਸਿਟੀਆਂ ਆਉਣਗੀਆਂ, ਜਾਂ ਆਪਾਂ ਤੁਸੀਂ ਸਰਚ ਮਾਰੋਗੇ ਲਿਥੁਆਨੀਆ ਦੇ ਵਿੱਚ, ਉਹਦੇ ਵਿੱਚ ਵੀ 2-3 ਆਉਣਗੀਆਂ, ਪੋਲੈਂਡ ਦੇ ਵਿੱਚ ਜ਼ਿਆਦਾ ਆ ਜਾਣਗੀਆਂ, ਚੈੱਕ ਰਿਪਬਲਿਕ ਵਿੱਚ ਵੀ ਜ਼ਿਆਦਾ ਹੈ, ਸੋ ਹੰਗਰੀ ਵਿੱਚ ਵੀ ਜ਼ਿਆਦਾ ਆ ਜਾਣਗੀਆਂ, ਬਟ ਤੁਸੀਂ ਰੋਮਾਨੀਆ ਦੇ ਵਿੱਚ ਸਰਚ ਮਾਰੋਗੇ ਯੂਨੀਵਰਸਿਟੀਆਂ ਕਿੰਨੀਆਂ ਆਉਣਗੀਆਂ MBBS ਦੀਆਂ, ਉਹਦੇ ਵਿੱਚ ਨੰਬਰ ਆਫ 12 ਯੂਨੀਵਰਸਿਟੀਆਂ ਜਿਹੜੀਆਂ ਆਉਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ MBBS ਦੀਆਂ, ਐਂਡ ਸਾਰੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਉਹ MBBS ਦੀਆਂ ਯੂਨੀਵਰਸਿਟੀਆਂ, ਉਹ ਲਾਇਸੈਂਸ ਯੂਨੀਵਰਸਿਟੀਆਂ, ਗੌਰਮੈਂਟ ਯੂਨੀਵਰਸਿਟੀਆਂ। ਹੁਣ ਬੈਨੀਫਿਟ ਕੀ ਹੈ ਇੱਥੇ ਜਾਣ ਦਾ? ਸਭ ਤੋਂ ਵੱਡਾ ਬੈਨੀਫਿਟ ਆਪਾਂ ਜਿਹੜੇ ਦੇਖੋ ਸਾਰੇ ਕੀ ਲੱਗਦਾ ਕਿ ਫੀਸ ਕਿੰਨੀ ਆਊਗੀ, ਜਿਹੜੀ ਟਿਊਸ਼ਨ ਫੀਸ ਆਊਗੀ, ਜਿਹੜੀ ਸ਼ੈਨਿੰਗਨ ਕੰਟਰੀਆਂ ਹੈ, ਸ਼ੈਨਿੰਗਨ ਕੰਟਰੀਆਂ ਤੋਂ ਇਹ ਕੰਟਰੀ ਦੇ ਵਿੱਚ ਹਾਫ ਟਿਊਸ਼ਨ ਫੀਸ ਹੈ, ਸਭ ਤੋਂ ਵੱਡਾ ਬੈਨੀਫਿਟ। ਤੁਸੀਂ ਸਰਚ ਮਾਰੋ ਹੋਰ ਕੰਟਰੀ ਦੇ ਵਿੱਚ, ਉਹਦੀ ਜਿਹੜੀ ਟਿਊਸ਼ਨ ਫੀਸ ਆਉਂਦੀ ਹੈ ਉਹ ਨੀਅਰ ਅਬਾਊਟ 9 ਤੋਂ ਲੈ ਕੇ 12,000 ਯੂਰੋ ਆਉਂਦੀ ਹੈ 1 ਸਾਲ ਦੀ। ਉਸ ਤੋਂ ਬਾਅਦ ਜਿਹੜਾ ਲਿਵਿੰਗ ਆਫ ਐਕਸਪੈਂਸਿਵ ਹੈ ਉਹ ਵੀ 100 ਯੂਰੋ ਤੋਂ ਲੈ ਕੇ 150 ਯੂਰੋ ਤੱਕ ਆਉਂਦਾ ਹੈ, ਬਟ ਰੋਮਾਨੀਆ ਦੇ ਵਿੱਚ ਸਿਰਫ 50 ਯੂਰੋ ਤੱਕ ਹੀ ਤੁਹਾਡਾ ਜਿਹੜਾ ਲਿਵਿੰਗ ਆਫ ਐਕਸਪੈਂਸਿਵ ਆਊਗਾ, ਫੂਡ ਵਗੈਰਾ ਪਾਊ, ਜੋ ਵੀ ਮਤਲਬ ਮੈਂ ਸਟੈਪ ਬਾਏ ਸਟੈਪ ਤੁਹਾਨੂੰ ਦੱਸੂੰਗਾ। ਪਰ ਰੋਮਾਨੀਆ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਤਾਂ ਇਹ ਹੈ ਕਿ ਇੱਥੇ ਟਿਊਸ਼ਨ ਫੀਸ ਬਹੁਤ ਜ਼ਿਆਦਾ ਘੱਟ ਹੈ, ਠੀਕ ਹੈ, ਟਿਊਸ਼ਨ ਫੀਸ ਬੜੀ ਘੱਟ ਹੈ, ਟਿਊਸ਼ਨ ਫੀਸ ਨਹੀਂ ਆਉਂਦੀ, ਮਤਲਬ ਕਿ ਨਹੀਂ ਆਉਂਦੀ ਮਤਲਬ ਇਹ ਨਹੀਂ ਟਿਊਸ਼ਨ ਫੀਸ ਬਹੁਤ ਘੱਟ ਆਉਂਦੀ ਹੈ। ਦੂਜਾ ਬੈਨੀਫਿਟ ਇਹ ਹੈ ਕਿ ਰੋਮਾਨੀਆ ਦੇ ਵਿੱਚ ਜਾਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਂਟਰੈਂਸ ਐਗਜ਼ਾਮ ਨਹੀਂ ਹੁੰਦਾ, ਸੋ ਐਂਟਰੈਂਸ ਐਗਜ਼ਾਮ ਤੋਂ ਆਪਾਂ ਨੂੰ ਡਰ ਲੱਗਦਾ ਹੈ। ਉਸ ਤੋਂ ਬਾਅਦ ਰੋਮਾਨੀਆ ਦੇ ਵਿੱਚ ਬੈਨੀਫਿਟ ਕੀ ਹੈ, ਜਿਹੜੇ ਕੈਂਡੀਡੇਟ ਦਾ ਨੀਟ ਨਹੀਂ ਕਲੀਅਰ ਜਾਂ ਨੀਟ ਨਹੀਂ ਦਿੱਤਾ ਹੋਇਆ, ਸੋ ਤੁਸੀਂ ਵਿਦਾਊਟ ਨੀਟ ਐਗਜ਼ਾਮ ਤੁਸੀਂ ਅਪਲਾਈ ਕਰ ਸਕਦੇ ਹੋ ਰੋਮਾਨੀਆ ਦੇ ਵਿੱਚ। ਹੁਣ ਜਿਹੜੀ ਆਉਂਦੀ ਹੈ ਟਰਾਂਸਫਰ ਆਪਸ਼ਨ, ਹੁਣ ਟਰਾਂਸਫਰ ਆਪਸ਼ਨ ਜਿਹੜੀ ਹੈਗੀ ਹੈ ਉਹ ਕੀ ਸੀ, ਜਿਹੜੇ ਯੂਕਰੇਨ ਤੋਂ ਸਟੂਡੈਂਟ ਆਏ ਸੀ, ਸੋ ਉਹਨਾਂ ਵਾਸਤੇ ਜਿਵੇਂ ਕਿ ਓਬੀਡੀਐਸ ਨੇ ਖੋਲ੍ਹਿਆ ਸੀ, ਸੋ ਇਹ ਤੁਸੀਂ ਯੂਨੀਵਰਸਿਟੀਆਂ ਨੂੰ ਤੁਸੀਂ ਸਭ ਤੋਂ ਪਹਿਲਾਂ ਆਪਣੇ ਬਿਹਾਫ ਤੇ, ਆਪਣੇ ਬਿਹਾਫ ਤੇ ਸਾਰੇ ਯੂਨੀਵਰਸਿਟੀਆਂ ਨੂੰ ਮੇਲ ਪਾਓ ਕਿ ਇੱਥੇ ਟਰਾਂਸਫਰ ਐਲੀਜੀਬਲ ਹੈ ਕਿ ਨਹੀਂ ਹੈ, ਕਿਉਂਕਿ ਟਰਾਂਸਫਰ ਦੀ ਜਿਹੜੀ ਆਪਸ਼ਨ ਹੁੰਦੀ ਹੈ ਉਹ ਬਹੁਤ ਹੀ ਘੱਟ ਵੈਬਸਾਈਟ 'ਤੇ ਵਿਜ਼ਿਟ, ਮਤਲਬ ਕਿ ਵੈਬਸਾਈਟ 'ਤੇ ਮੈਂਸ਼ਨ ਨਹੀਂ ਹੁੰਦਾ, ਸੋ ਵੈਬਸਾਈਟ 'ਤੇ ਮੈਂਸ਼ਨ ਨਹੀਂ ਹੁੰਦਾ ਟਰਾਂਸਫਰ ਦੇ ਰਿਗਾਰਡਿੰਗ, ਸੋ ਬਟ ਟਰਾਂਸਫਰ ਆਪਸ਼ਨ ਹੁੰਦੀ ਹੈ, ਬਟ ਉਹ ਲਿਮਿਟਡ ਟਾਈਮ, ਲਿਮਿਟਡ ਸੀਟਾਂ ਹੁੰਦੀਆਂ, ਬੜਾ ਹੀ ਘੱਟ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਪਸ਼ਨ ਹੈ। ਸੋ ਰੋਮਾਨੀਆ ਦੇ ਵਿੱਚ ਸਭ ਤੋਂ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਉਹਦੀ ਜਿਹੜੀ ਟਿਊਸ਼ਨ ਫੀਸ ਹੈ ਉਹ 6,000 ਯੂਰੋ ਤੋਂ ਸਟਾਰਟ ਹੋ ਕੇ 7,000 ਯੂਰੋ ਤੱਕ ਤੁਹਾਡੀ ਟਿਊਸ਼ਨ ਫੀਸ ਆਊਗੀ। ਹੁਣ ਗੱਲ ਸਕੋਲਰਸ਼ਿਪ ਦੀ ਆ ਜਾਂਦੀ ਹੈ ਕਿ ਸਾਨੂੰ ਸਕੋਲਰਸ਼ਿਪ ਵੀ ਮਿਲੂਗੀ ਜਾਂ ਨਹੀਂ ਮਿਲੂਗੀ। ਰੋਮਾਨੀਆ ਦੇ ਵਿੱਚ ਕੋਈ ਸਕੋਲਰਸ਼ਿਪ ਨਹੀਂ ਮਿਲਦੀ, ਜੋ ਗੱਲ ਵੀਡੀਓ 'ਚ ਹੈ ਉਹੀ ਗੱਲ ਕੋਲ 'ਤੇ ਆ, ਉਹੀ ਗੱਲ ਜੋ ਸਭ ਥੱਪ ਤੁਹਾਡੇ ਸਾਹਮਣੇ ਹੈ। ਸੋ ਰੋਮਾਨੀਆ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਟਿਊਸ਼ਨ ਫੀਸ ਆਊਗੀ 6,000 ਤੋਂ ਲੈ ਕੇ 7,000 ਯੂਰੋ। ਉਸ ਤੋਂ ਬਾਅਦ ਜਿਹੜਾ ਰੋਮਾਨੀਆ ਕੰਟਰੀ ਹੈ
ਇਹ ਯੂਰਪ ਯੂਨੀਅਨ ਦਾ ਮੈਂਬਰ ਹੈ। ਯੂਰਪ ਦੇ ਵਿੱਚ ਤੁਸੀਂ ਸਰਚ ਮਾਰੋਗੀ 30 ਕੰਟਰੀਆਂ ਹੋਣਗੀਆਂ। ਸੋ ਰੋਮਾਨੀਆ ਉਹਨਾਂ ਵਿੱਚੋਂ ਰੋਮਾਨੀਆ ਬਟ ਸ਼ੈਨੀਗਨ ਦਾ ਪਾਰਟ ਨਹੀਂ ਹੈ। ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਕਰੋਸ਼ੀਆ ਸ਼ੈਨੀਗਨ ਦਾ ਪਾਰਟ ਨਹੀਂ ਸੀ, ਪਰ ਕਰੋਸ਼ੀਆ ਵੀ ਸ਼ੈਨੀਗਨ ਦਾ ਪਾਰਟ ਬਣ ਚੁੱਕਿਆ ਹੈ। ਸੋ ਇਸੇ ਤਰ੍ਹਾਂ ਰੋਮਾਨੀਆ ਵੀ ਬਹੁਤ ਜਲਦ ਸ਼ੈਨੀਗਨ ਦਾ ਪਾਰਟ ਬਣ ਜੂਗਾ। ਕਿਉਂਕਿ ਦੇਖੋ ਤੁਹਾਡੇ ਸਾਹਮਣੇ ਹੈ, ਤੁਸੀਂ ਨੈੱਟ ਤੋਂ ਗੂਗਲ ਤੋਂ ਸਰਚ ਮਾਰ ਸਕਦੇ ਹੋ ਵੀ ਰੋਮਾਨੀਆ ਵਿਲ ਜੁਆਇਨ ਇਨ ਦਾ ਪਾਰਟ ਆਫ ਸ਼ੈਨੀਗਨ, ਉਹਦੇ 'ਤੇ ਸਾਰੀ ਡਿਟੇਲ ਆ ਜੂਗੀ। ਸੋ ਇਹ ਚੀਜ਼ਾਂ ਜਿਹੜੀਆਂ ਡਿਟੇਲ ਹੈ, ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਸਾਰੀ ਟਿਊਲੀ ਦੱਸ ਰਿਹਾ।